ਮੇਰਾ ਉਹ ਸਰਤਾਜ ਤਾਂ ਆਪਣੇ ਚਾਰੋਂ ਤਾਰੇ ਭੁਲਾਈ ਬੈਠਾ, ਮੇਰਾ ਉਹ ਸਰਤਾਜ ਤਾਂ ਆਪਣੇ ਚਾਰੋਂ ਤਾਰੇ ਭੁਲਾਈ ਬੈਠਾ, ਇੱਕ ਇੱਕ ਕਰ ਉਸਨੇ ਚਾਰੋਂ ਵਾਰੇ ਫਿਰ ਵੀ ਚਿਹਰੇ 'ਤੇ ਮੁਸਕਾਨ ਬਣਾਈ ਬੈਠਾ, ਇੱਕ ਇੱਕ ਕਰ ਉਸਨੇ ਚਾਰੋਂ ਵਾਰੇ ਫਿਰ ਵੀ ਚਿਹਰੇ 'ਤੇ ਮੁਸਕਾਨ ਬਣਾਈ ਬੈਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰਸਮੀਪ ਕੌਰ ਤੁਹਾਡੇ ਸਾਹਮਣੇ ਆਪਣੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸਦਾ ਸਿਰਲੇਖ ਹੈ ਗੋਬਿੰਦ ਦੇ ਚਾਰ ਦੁਲਾਰੇ। ਸਿੱਖੀ ਜਨਮੀ ਹੈ ਮੌਤ ਦੇ ਅੰਗਾਰਿਆਂ ਵਿੱਚੋਂ, ਪੁੱਤ ਜਨਮੇ ਵੀ ਇਸਨੇ ਕਮਾਲ ਦੇ ਸੀ, ਲਾੜੀ ਮੌਤ ਨੂੰ ਆਪਣੇ ਨਾਲ ਵਿਹਾਉਣ ਵਾਲੇ ਪੁੱਤ ਚਾਰੋ ਸਾਹਿਬੇ ਕਮਾਲ ਦੇ ਸੀ, ਲਾੜੀ ਮੌਤ ਨੂੰ ਆਪਣੇ ਨਾਲ ਵਿਹਾਉਣ ਵਾਲੇ ਪੁੱਤ ਚਾਰੋ ਸਾਹਿਬੇ ਕਮਾਲ ਦੇ ਸੀ। ਹਿੰਮਤ ਹੌਸਲਿਆਂ ਨਾਲ ਭਰੇ ਜਿਗਰੇ ਉਹ ਅਜੀਤ ਤੇ ਜੁਝਾਰ ਦੇ ਸੀ, ਵੱਡੇ ਸਾਕੇ ਕਰਨ ਵਾਲੇ ਜੁਰਾਵਰ ਤੇ ਫਤਿਹ ਸਿੰਘ ਨੀਹਾਂ ਵਿੱਚ ਖੜੇ ਕੌਮ ਨੂੰ ਪੁਕਾਰਦੇ ਸੀ। ਅਜੀਤ ਸਿੰਘ ਦੇ ਨੇਤੇ ਜਦੋਂ ਵੇਖਦੇ ਨੇ ਯੁੱਧ ਹੋਇਆ ਘਮਸਾਨ ਦਾ ਚਮਕੌਰ ਅੰਦਰ, ਜਾ ਕੇ ਆ ਉਹਨਾਂ ਉਸ ਕਲਗੀਆਂ ਵਾਲੇ ਨੂੰ, ਮੈਂ ਵੀ ਜਾਣਾ ਉਸ ਯੁੱਧ ਦੇ ਮੈਦਾਨ ਅੰਦਰ, ਮੈਂ ਵੀ ਜਾਣਾ ਉਸ ਯੁੱਧ ਦੇ ਮੈਦਾਨ ਅੰਦਰ, ਨਾ ਰੱਖਿਆ ਤੁਸੀਂ ਮੇਰਾ ਅਜੀਤ ਸੀ, ਜਿੱਤ ਕੇ ਹੀ ਵਾਪਸ ਆਵਾਂਗਾ, ਅੱਜ ਇਸ ਚਮਕੌਰ ਦੀ ਧਰਤ ਅੰਦਰ ਚੰਡਾ ਕੇਸਰੀ ਮੈਂ ਲਹਿਰਾਵਾਂਗਾ, ਅੱਜ ਇਸ ਚਮਕੌਰ ਦੀ ਧਰਤ ਅੰਦਰ ਚੰਡਾ ਕੇਸਰੀ ਮੈਂ ਲਹਿਰਾਵਾਂਗਾ। ਫਿਰ ਸੱਚੇ ਪਾਤਸ਼ਾਹ ਨੇ ਉਸਨੂੰ ਆਸ਼ੀਰਵਾਦ ਬਖਸ਼ਿਆ, ਜਾਂ ਸੂਰਮਾ ਉਹ ਮੈਦਾਨ ਵਿੱਚ ਖੜਾ ਹੋਇਆ, ਲੱਖਾਂ ਨਾਲ ਲੜਿਆ ਉਹ ਸ਼ੇਰ ਸੀ ਜੋ ਜੇਕਾਰੇ ਛੱਡਦਾ ਹੋਇਆ ਸ਼ਹੀਦ ਹੋਇਆ, ਲੱਖਾਂ ਨਾਲ ਲੜਿਆ ਉਹ ਸ਼ੇਰ ਸੀ ਜੋ ਜੇਕਾਰੇ ਛੱਡਦਾ ਹੋਇਆ ਸ਼ਹੀਦ ਹੋਇਆ। ਫਿਰ ਜੁਝਾਰ ਨੇ ਜਾ ਬੇਨਤੀ ਕੀਤੀ, ਪਾਤਸ਼ਾਹ ਮੈਂ ਵੀ ਵੀਰੇ ਵਾਂਗ ਸ਼ਹੀਦ ਕਹਿਲਾਉਣਾ ਹੈ, ਅੱਜ ਇਸ ਯੁੱਧ ਦੇ ਮੈਦਾਨ ਅੰਦਰ ਤੁਸੀਂ 1,25,000 ਨਾਲ ਇੱਕ ਨੂੰ ਲੜਾਉਣਾ ਹੈ, ਅੱਜ ਇਸ ਯੁੱਧ ਦੇ ਮੈਦਾਨ ਅੰਦਰ ਤੁਸੀਂ 1,25,000 ਨਾਲ ਇੱਕ ਨੂੰ ਲੜਾਉਣਾ ਹੈ। ਫਿਰ ਗੋਬਿੰਦ ਨੇ ਬਖਸ਼ੀ ਤਲਵਾਰ ਉਸਨੂੰ, ਜਾਂ ਸ਼ੇਰਾਂ ਵਾਂਗ ਉਹ ਗਰਜਿਆ ਸੀ, ਮੌਤ ਦੀਆਂ ਜੰਜੀਰਾਂ ਵਿੱਚ ਘਿਰਿਆ ਉਹ ਜੀਤ ਨੂੰ ਜਾ ਮਿਲਿਆ ਸੀ, ਮੌਤ ਦੀਆਂ ਜੰਜੀਰਾਂ ਵਿੱਚ ਘਿਰਿਆ ਉਹ ਜੀਤ ਨੂੰ ਜਾ ਮਿਲਿਆ ਸੀ। ਖੜਾ ਗੋਬਿੰਦ ਵੇਖੇ ਮੈਦਾਨ ਅੰਦਰ, ਸੁੱਤੇ ਪਏ ਰਾਜ ਦੁਲਾਰੇ ਸੀ, ਹਜੇ ਤਾਂ ਸਰਹੰਦ ਦੀ ਧਰਤ ਅੰਦਰ ਮਿਲਣੇ ਪ੍ਰਭੂ ਨੂੰ ਦੋ ਹੋਰ ਪਿਆਰੇ ਸੀ, ਹਜੇ ਤਾਂ ਸਰਹੰਦ ਦੀ ਧਰਤ ਅੰਦਰ ਮਿਲਣੇ ਪ੍ਰਭੂ ਨੂੰ ਦੋ ਹੋਰ ਪਿਆਰੇ ਸੀ। ਜ਼ੋਰਾਵਰ ਤੇ ਫਤਿਹ ਜਾ ਕਚਹਿਰੀ ਖਲੋਏ, ਕਹਿੰਦੇ ਮੁਗਲ ਕਬੂਲ ਕਰੋ ਇਸਲਾਮ ਤੁਸੀਂ, ਜਾਨ ਨਾਲੋਂ ਵੱਧ ਸਾਨੂੰ ਸਿੱਖੀ ਪਿਆਰੀ ਗੁਰੂ ਗ੍ਰੰਥ ਦੇ ਹਾਂ ਗੁਲਾਮ ਅਸੀਂ, ਜਾਨ ਨਾਲੋਂ ਵੱਧ ਸਾਨੂੰ ਸਿੱਖੀ ਪਿਆਰੀ ਗੁਰੂ ਗ੍ਰੰਥ ਦੇ ਹਾਂ ਗੁਲਾਮ ਅਸੀਂ। ਨੀਹਾਂ ਵਿੱਚ ਚਿਣੀਆਂ ਗਈਆਂ ਉਹ ਦੋ ਰੂਹਾਂ, ਜਪਜੀ ਸਾਹਿਬ ਦੀ ਬਾਣੀ ਮੂੰਹ ਉਚਾਰਦੀਆਂ ਨੇ, ਅੱਜ ਇਸ ਤਰ੍ਹਾਂ ਦੀ ਧਰਤ ਅੰਦਰ ਬੱਦਲ ਬਿਜਲੀਆਂ ਮਾਰ ਡਰਾਵਦੇ ਨੇ, ਚੂਰੋ ਚੂਰ ਕੀਤੇ ਇਹਨਾਂ ਪੁੱਤਰਾਂ ਨੇ, ਮੁਗਲਾਂ ਦੇ ਕੱਟੜ ਇਰਾਦੇ, ਹੱਸਦੇ ਹੱਸਦੇ ਸ਼ਹੀਦੀਆਂ ਪਾ ਗਏ ਗੋਬਿੰਦ ਦੇ ਚਾਰ ਸਾਹਿਬਜ਼ਾਦੇ, ਹੱਸਦੇ ਹੱਸਦੇ ਸ਼ਹੀਦੀਆਂ ਪਾ ਗਏ ਗੋਬਿੰਦ ਦੇ ਚਾਰ ਸਾਹਿਬਜ਼ਾਦੇ। ਇਹਨਾਂ ਕੁਰਬਾਨੀਆਂ ਦਾ ਝੰਡਾ ਸਾਡੇ ਦੇਸ਼ ਵਿੱਚ ਲਹਿਰਾਉਂਦਾ ਹੈ, ਇਹ ਦੇ ਗੁਰੂ ਗੋਬਿੰਦ ਸਿੰਘ ਫਰਮਾਉਂਦਾ ਹੈ, ਇਨ ਪੁੱਤਰੋਂ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਇਨ ਪੁੱਤਰੋਂ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।